ਜਾਵੜੇਕਰ ਸ਼ਹਿਰਾਂ ਦੇ ਵਿੱਚ ਦੱਸਦੀ ਕਿ ਪਾਰਾ 45 ਡਿਗਰੀ ਤੋਂ ਪਾਰ ਹੈ ਔਰ 4 ਦਿਨ ਤੱਕ ਇਹ ਤਾਪਮਾਨ ਜਿਹੜਾ ਹੈ ਉਹ ਹੋਰ ਵਧੇ ਜਾਣ ਦੀ ਸੰਭਾਵਨਾ ਹੈ। ਤਾਂ ਹੀਟ ਵੇਵ ਦੀ ਲਪੇਟ ਦੇ ਵਿੱਚ ਪੂਰਾ ਉੱਤਰ ਭਾਰਤ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼ 'ਚ ਭਿਆਨਕ ਗਰਮੀ ਪੈ ਰਹੀ ਹੈ। ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਮੌਸਮ ਵਿਭਾਗ ਦੀ ਲੋਕਾਂ ਨੂੰ ਲੂ ਤੋਂ ਬਚਣ ਦੀ ਸਾਵਧਾਨੀਆਂ ਵਰਤਣ ਦੀ ਸਲਾਹ ਹੈ। ਦੁਪਹਿਰ ਵੇਲੇ ਘਰੋਂ ਨਿਕਲਣ ਤੋਂ ਪਰਹੇਜ਼ ਕੀਤਾ ਜਾਏ ਔਰ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਨੇ। ਅੱਜ ਤੋਂ 30 ਜੂਨ ਤੱਕ ਛੁੱਟੀਆਂ ਜਿਹੜੀਆਂ ਨੇ ਉਹ ਰਹਿਣਗੀਆਂ। ਤਾਂ ਕੁੱਲ ਮਿਲਾ ਕੇ ਬੇਹੱਦ ਜ਼ਿਆਦਾ ਪ੍ਰਕੋਪ ਜਿਹੜਾ ਹੈ ਉਹ ਗਰਮੀ ਦਾ ਵੇਖਣ ਨੂੰ ਮਿਲਿਆ। ਮੌਸਮ ਵਿੱਚ ਬਚਾਵ ਕਿਵੇਂ ਹੋਏਗਾ? ਬੱਚਿਆਂ ਦੀ ਗੱਲ ਹੋਏ, ਬਜ਼ੁਰਗਾਂ ਦੀ ਗੱਲ ਹੋਏ, ਜਵਾਨਾਂ ਦੀ ਗੱਲ ਹੋਏ, ਆਪਣੇ ਆਪ ਨੂੰ ਬਚਾਉਣਾ ਕਿਵੇਂ ਹੈ? ਹੀਟ ਵੇਵ ਦੀ ਜੇ ਡੈਫੀਨੇਸ਼ਨ ਦੇਖੀਏ ਤਾਂ ਉਸਦੇ ਬਚਾਵ ਦੇ ਤਰੀਕੇ ਵੀ ਸਾਨੂੰ ਆਉਣੇ ਚਾਹੀਦੇ ਨੇ। ਅੱਜ ਅਸੀਂ PGI ਪਹੁੰਚੇ ਹਾਂ। ਸਾਡੇ ਨਾਲ PGI ਦੇ ਡਾਇਟੀਸ਼ਨ ਡਿਪਾਰਟਮੈਂਟ ਦੇ HOD ਨੇ, ਹੈੱਡ ਆਫ ਡਿਪਾਰਟਮੈਂਟ ਨੇ, ਡਾਕਟਰ ਨੈਂਸੀ, ਉਹਨਾਂ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਤੁਹਾਡੇ ਕੋਲ ਡਾਇਟ ਦਾ ਅਸੀਂ ਬੜੀ ਵਾਰ ਪੁੱਛਿਆ, ਲੇਕਿਨ ਗਰਮੀ ਜਦੋਂ ਆਉਂਦੀ ਹੈ ਤਾਂ ਡਾਇਟ ਦਾ ਵੀ ਇੱਕ ਇੰਪੋਰਟੈਂਟ ਰੋਲ ਹੁੰਦਾ ਹੈ। ਹੀਟ ਵੇਵ ਦਾ ਆਲਰੇਡੀ ਇੱਕ ਅਲਰਟ ਜਾ ਰਹੀ ਹੈ, ਕਿਵੇਂ ਬਚਾਵ ਕਰ ਸਕਦੇ ਹਾਂ ਅਸੀਂ? हाँ, हीट वेव बहुत ज्यादा हो रही है और बड़ी जल्दी जल्दी हो रही है। यू नो, इट इज जस्ट लाइक लीप्स एंड बाउंड जिमें उत्ते जा रही है। तो सब तो पहला आंदा है हाइड्रेशन, कि तुसी अपनी बॉडी नो हाइड्रेट रखो, दैट इज द मोस्ट इंपॉर्टेंट थिंग। जिमें हुंदा है कि असी कदी कदी हुंदा है कि वी आर नॉट यूज टू कि भी इन्ना ज्यादा असी पानी पी सकते हैं कि नहीं पी सकते, या असी ऑफिस विच बैठे हुंदे लगदा कि सानू जरूरत नहीं है, बट जरूरत हुंदी है बॉडी नू। ते हाइड्रेशन दी बहुत जरूरत है। हाइड्रेशन दा मतलब है ਪਾਣੀ ਹੋ ਗਿਆ, ਨਿੰਬੂ ਪਾਣੀ ਹੋ ਗਿਆ, ਸੱਤੂ ਹੋ ਗਿਆ, ਕੋਕੋਨਟ ਵਾਟਰ ਹੋ ਗਿਆ, ਤੇ ਜਾਂ ਮਤਲਬ ਲੱਸੀ ਹੋ ਗਈ, ਛਾਛ ਹੋ ਗਈ। ਜੇ ਮਤਲਬ ਜੇ ਤੁਸੀਂ ਸਾਰਾ ਦਿਨ ਜਿਵੇਂ ਤੁਸੀਂ ਆਪਣੀ ਗੱਡੀ ਵਿੱਚ ਵੀ ਜਾ ਰਹੇ ਹੋ, ਜੇ ਆਪਣੀ ਇੱਕ ਬੋਟਲ ਰੱਖ ਲਓ ਆਪਣੇ ਨਾਲ, ਥਰਮਸ ਟਾਈਪ ਬੋਟਲ ਰੱਖ ਲਓ, ਉਹਦੇ ਵਿੱਚ ਹੋ ਸਕੇ ਤੇ ਜਾਂ ਤਾਂ ਪਲੇਨ ਵਾਟਰ, ਨਹੀਂ ਤਾਂ ਲੱਸੀ ਜਾਂ ਨਿੰਬੂ ਪਾਣੀ ਜੇ ਤੁਸੀਂ ਦੂਰ ਜਾ ਰਹੇ ਹੋ ਜਾਂ ਜ਼ਿਆਦਾ ਟਰੈਵਲ ਕਰਦੇ ਹੋ। ਬਿਕੋਜ਼ ਉਹਦੇ ਵਿੱਚ ਕੀ ਹੁੰਦਾ ਕਿ ਜਦ ਤੁਸੀਂ ਇਹ ਚੀਜ਼ਾਂ ਰੱਖਦੇ ਹੋ ਤੇ ਅਲੋਂਗ ਵਿਦ ਦ ਹਾਈਡਰੇਸ਼ਨ ਯੂ ਗੈਟ ਦ ਯੂ ਨੋ ਇਲੈਕਟ੍ਰੋਲਾਈਟਸ ਆਲਸੋ, ਯੂ ਗੈਟ ਸੋਡੀਅਮ, ਯੂ ਗੈਟ ਪੋਟਾਸ਼ੀਅਮ, ਸੋ ਇਟ ਇਜ਼ ਵੈਰੀ ਗੁੱਡ ਬਿਕੋਜ਼ ਯੂ ਲੂਜ਼ ਔਨ ਦੀਜ਼ ਥਿੰਗਸ ਇਨ ਹੀਟ ਵੇਵ, ਤੁਹਾਡੇ ਇਲੈਕਟ੍ਰੋਲਾਈਟ ਲੋਸਿਸ ਹੁੰਦੇ ਨੇ। ਇਸ ਤੋਂ ਇਲਾਵਾ ਮੈਮ, ਨੋਰਮਲ ਗੱਲਾਂ ਕਿ ਜਦੋਂ ਧੁੱਪ ਤੇਜ਼ ਹੈ ਕਿ ਸਿਰ ਤੇ ਕੁਛ ਰੱਖ ਕੇ ਚਲੋ, ਹੈਨਾ, ਸਟ੍ਰੋਕ ਦਾ ਬੜਾ ਇੱਕ ਰਹਿੰਦਾ ਕਿ ਚੱਕਰ ਕਈ ਵਾਰ ਲੋਕਾਂ ਨੂੰ ਆ ਜਾਂਦੇ, ਦੇਖਣ ਨੂੰ ਲੱਗਦਾ ਕਿ ਹੈਲਦੀ ਹੈ ਲੇਕਿਨ ਇਕਦਮ ਚੱਕਰ ਆ ਗਏ, ਔਰ ਡਾਇਟ ਕਿਵੇਂ ਚੇਂਜ ਹੁੰਦੀ ਹੈ ਲੋਕਾਂ ਨੂੰ ਆਦਤ ਹੈ ਕਿ ਸਵੇਰੇ ਚਾਹ, ਦੁਪਹਿਰੇ ਚਾਹ, ਹੈਨਾ, ਜਿੱਦਾਂ ਰੂਟੀਨ ਬਣੀ ਹੁੰਦੀ ਹੈ, ਉਹਨਾਂ ਲਈ ਕੀ ਕਰੋਗੇ ਔਰ ਖਾਸ ਕਰ ਬਜ਼ੁਰਗਾਂ ਲਈ ਕੀ ਦੱਸੋਗੇ? ਬਿਲਕੁਲ, ਦੇਖੋ ਡਾਇਟ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਦੇਖਿਆ ਹੋਏਗਾ ਕਿ ਜਦ ਕੋਈ ਸੀਜ਼ਨ ਆਉਂਦਾ ਹੈ, ਸਾਡੀ ਜਿਹੜੀ ਪ੍ਰਕਿਰਤੀ ਹੈ, ਸਾਡੀ ਜਿਹੜੀ ਨੇਚਰ ਹੈ, ਮਤਲਬ ਸਾਡੀ ਸਰਾਊਂਡਿੰਗਸ ਹੈ, ਉਹੋ ਜਿਹੀਆਂ ਚੀਜ਼ਾਂ ਸਾਨੂੰ ਦਿੰਦੇ ਨੇ ਖਾਣ ਲਈ, ਜਿਵੇਂ ਸਾਰੇ ਫਰੂਟਸ ਚੇਂਜ ਹੋ ਜਾਂਦੇ ਨੇ, ਸਾਰੇ ਵੈਜੀਟੇਬਲਸ ਚੇਂਜ ਹੋ ਜਾਂਦੇ ਨੇ, ਫਰੂਟਸ ਤੁਹਾਡੇ ਸਾਰੇ ਇੰਨੇ ਮੋਇਸਚਰ ਵਾਲੇ ਆਉਂਦੇ, ਪਾਣੀ ਵਾਲੇ ਆਉਂਦੇ, ਜਿਵੇਂ ਤਰਬੂਜ਼ ਹੋ ਗਿਆ, ਖਰਬੂਜ਼ਾ ਹੋ ਗਿਆ, ਜਾਂ ਬੀਟਾ ਕੈਰੋਟੀਨ ਵਾਲੇ ਜਿਵੇਂ ਮੈਂਗੋਜ਼ ਹੈ, ਉਹਦੇ ਵਿੱਚ ਵੀ ਬਹੁਤ ਮੋਇਸਚਰ ਹੁੰਦਾ, ਬਹੁਤ ਯੂ ਨੋ ਫਾਈਬਰ ਹੁੰਦਾ, ਬੀਟਾ ਕੈਰੋਟੀਨ ਹੁੰਦਾ, ਵੈਜੀਟੇਬਲਸ ਵੀ ਤੁਹਾਡੀਆਂ ਸਾਰੀਆਂ ਇੰਜ ਆ ਜਾਂਦੀਆਂ, ਜਿਵੇਂ ਸਮਰ ਸਕੁਐਸ਼ਿਸ ਹੈ, ਘੀਆ ਹੋ ਗਿਆ, ਯੂ ਨੋ ਤੋਰੀ, ਟਿੰਡਾ, ਸੋ ਦੈਟ ਦੇ ਆਰ ਲਾਈਟ ਔਨ ਦਾ ਟਮੀ ਐਂਡ ਯੂ ਕੈਨ ਡਾਈਜੈਸਟ ਦੈਮ, ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਹਜ਼ਮ ਕਰ ਸਕਦੇ ਹੋ। ਪਰ ਪ੍ਰੋਬਲਮ ਇਹ ਹੈਗੀ ਹੈ ਜਿਹੜਾ ਕਿ ਸਾਡੇ ਗਲੋਬਲਾਈਜੇਸ਼ਨ ਹੋ ਗਈ ਹੈ, 12 ਮਹੀਨੇ ਸਭ ਕੁਝ ਮਿਲਦਾ ਹੈਗਾ, ਅਸੀਂ ਗਰਮੀਆਂ ਵਿੱਚ ਵੀ ਸਰਦੀਆਂ ਦੀਆਂ ਵੈਜੀਟੇਬਲਸ ਖਾਂਦੇ ਹਾਂ, ਮਹਿੰਗੀਆਂ ਤੋਂ ਮਹਿੰਗੀਆਂ 200-250 ਰੁਪਏ ਕਿਲੋ ਖਰੀਦ ਕੇ ਵੀ ਫੀਲ ਕਿ ਸਾਡਾ ਸਟੇਟਸ ਸਿੰਬਲ ਬਹੁਤ ਜ਼ਿਆਦਾ ਹੋ ਗਿਆ, ਸਾਡੇ ਘਰ ਇਹ ਸਬਜ਼ੀ ਬਣ ਰਹੀ ਹੈ ਚਾਹੇ ਇੱਥੇ ਅਵੇਲੇਬਲ ਹੀ ਜਿੱਥੋਂ ਮਰਜ਼ੀ ਆ, ਜਾਂ ਸਾਡੇ ਘਰ ਇਹ ਫਰੂਟ ਆ ਰਿਹਾ ਜਿਹੜਾ ਕਿ ਸਰਦੀਆਂ ਦਾ ਫਰੂਟ ਹੈ। ਸੋ ਮੇਕ ਸ਼ੋਰ ਕਿ ਤੁਸੀਂ ਜੋ ਖਾ ਰਹੇ ਹੋ ਤੁਹਾਡੀ ਇਨਵਾਇਰਮੈਂਟ ਦੇ ਆਸ ਪਾਸ ਜਿਹੜਾ ਪੈਦਾ ਹੋ ਰਿਹਾ ਹੈ
ਉਹ ਵਾਲਾ ਖਾਣ ਦੀ ਕੋਸ਼ਿਸ਼ ਕਰੋ ਚੀਜ਼, ਰਾਦਰ ਦੈਨ ਕਿ ਕੁਛ ਇੰਪੋਰਟਡ ਜਾਂ ਕੁਛ ਕੋਲਡ ਸਟੋਰ ਵਾਲੀ। ਨੰਬਰ 1 ਤਾਂ ਇਹ। ਦੂਜੀ ਗੱਲ ਇਹ ਹੈਗਾ ਕਿ ਜਿਹੜਾ ਇਹ ਹੀਟ ਵੇਵ ਹੈ, ਇਹ ਗਰਮੀ ਹੈ, ਇਹਦੇ ਵਿੱਚ ਨਾ ਬਹੁਤ ਸਾਰੇ ਕੀਟਾਣੂ ਵੀ ਪਨਪਦੇ ਨੇ, ਉਹਨਾਂ ਲਈ ਬੜਾ ਚੰਗਾ ਟੈਂਪਰੇਚਰ ਹੁੰਦਾ ਪਨਪਣ ਲਈ। ਅਤੇ ਵਟ ਹੈਪਨਸ ਇਜ਼ ਕਿ ਜਿਵੇਂ ਤੁਸੀਂ ਜਿਵੇਂ ਬਾਹਰ ਦਾ ਖਾਂਦੇ ਹੋ, ਸਪੋਜ਼ ਬੜਾ ਦਿਲ ਕਰਦਾ ਜੀ ਪਾਣੀ ਪੂਰੀ ਖਾਣ 'ਤੇ, ਜਾਂ ਕਿਉਂਕਿ ਗਰਮੀ ਹੈ ਬੜਾ ਦਿਲ ਕਰ ਰਿਹਾ ਗੋਲ ਗੱਪੇ 'ਤੇ, ਉਹ ਠੰਡਾ ਠੰਡਾ ਉਹ ਨਾ ਪੀਣ 'ਤੇ, ਬਟ ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਪਾਣੀ ਕਿੱਥੋਂ ਆਇਆ ਹੈਗਾ, ਨਾਲੇ ਉਹਦੇ ਵਿੱਚ ਕਿਹੜੇ ਗੰਦੇ ਹੱਥ ਲੱਗੇ ਨੇ। ਸਰਦੀਆਂ ਵਿੱਚ ਤਾਂ ਫਿਰ ਤੁਹਾਡਾ ਇਮਿਊਨ ਸਿਸਟਮ ਥੋੜ੍ਹਾ ਬੈਟਰ ਹੁੰਦਾ ਹੈ, ਨਾਲੇ ਜਿਹੜੇ ਬੈਕਟੀਰੀਅਲ ਜਿਹੜਾ ਗਰੋਥ ਇੰਨੀ ਜ਼ਿਆਦਾ ਨਹੀਂ ਹੁੰਦੀ, ਗਰਮੀਆਂ ਵਿੱਚ ਉਹੀ ਬਹੁਤ ਜ਼ਿਆਦਾ ਹੁੰਦੀ ਹੈ। ਅਤੇ ਸਾਡੇ ਕੋਲ ਜਿਹੜੇ ਕੇਸਿਸ ਆਉਂਦੇ ਨੇ ਉਹ ਡੀਹਾਈਡਰੇਸ਼ਨ ਡਾਇਰੀਆ ਦੇ ਆਉਂਦੇ ਨੇ, ਯੂ ਨੋ ਗੈਸਟ੍ਰੋ ਕੇਸਿਸ ਜ਼ਿਆਦਾ ਆ ਜਾਂਦੇ ਨੇ। ਸੋ ਵੀ ਮੇਕ ਸ਼ੋਰ ਕਿ ਤੁਸੀਂ ਬਾਹਰ ਦੀਆਂ ਜਿਹੜੀਆਂ ਚਟਨੀਆਂ ਨੇ, ਜਿਵੇਂ ਸਮੋਸੇ ਨਾਲ ਕੋਈ ਚਟਨੀ ਹੈ ਜਾਂ ਕੋਈ ਨਹੀਂ, ਜੰਕ ਫੂਡ ਇਜ਼ ਅਨਦਰ ਥਿੰਗ, ਦਿਸ ਇਜ਼ ਅ ਰੋ ਫੂਡ ਜਿਹਦੇ ਵਿੱਚ ਕਿ ਬਹੁਤ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਹਦੇ ਵਿੱਚ ਬੈਕਟੀਰੀਅਲ ਜਿਹੜੀ ਹੈ ਗਰੋਥ ਹੋਏ, ਅਤੇ ਉਹ ਜ਼ਰੂਰ ਤੁਸੀਂ ਅਵੋਇਡ ਕਰੋ।